ਦੂਸਰੇ ਗੇਟ ਦੀ ਬੈਠਕ ਤੁਸੀਂ ਬਣਾ ਦਿੰਦੇ ਹੋ, ਦੂਸਰੇ ਗੇਟ ਦੀ ਬੈਠਕ ਅੱਜ ਪਹਿਲਾਂ ਕੰਟੈਸਟਡ ਕੈਂਡੀਡੇਟਸ ਨੂੰ ਮਿਲਿਆ ਗਿਆ, ਸੀਡਬਲਯੂਸੀ ਮੈਂਬਰਸ ਨੂੰ ਮਿਲਿਆ ਗਿਆ, ਐਕਸਪੀਸੀਸੀ ਨੂੰ ਮਿਲਿਆ ਗਿਆ, ਅੱਜ ਬਲਾਕ ਪ੍ਰੈਜ਼ੀਡੈਂਟਸ ਨੂੰ ਮਿਲਿਆ ਜਾ ਰਿਹਾ, ਯਾਨੀ ਕਿ ਬਲਾਕਾਂ ਦੇ ਪ੍ਰਧਾਨਾਂ ਨੂੰ ਮਿਲਿਆ ਜਾ ਰਿਹਾ। ਕੁਝ ਲੋਕ ਸਾਡੇ ਜਿਹੜੇ 13 ਅਬਜ਼ਰਵਰ ਪਾਰਲੀਮੈਂਟ ਦੇ ਅਬਜ਼ਰਵਰ ਲੱਗੇ ਆ ਉਹਨਾਂ ਨੂੰ ਮਿਲਿਆ ਜਾ ਰਿਹਾ। ਸੋ ਬੈਠਕਾਂ ਦਾ ਸਿਲਸਿਲਾ ਜਾਰੀ ਹੈ ਕਿਉਂਕਿ ਨਵੇਂ ਇੰਚਾਰਜ ਸਾਹਿਬ ਸਭ ਨੂੰ ਮਿਲਣਾ ਚਾਹੁੰਦੇ ਆ, ਸਭ ਦੇ ਵਿਚਾਰ ਲੈਣਾ ਚਾਹੁੰਦੇ ਆ ਔਰ ਕਿਸ ਤਰ੍ਹਾਂ ਅਗਲੀ ਅਸੀਂ ਰਣਨੀਤੀ ਬਣਾਈਏ ਪਾਰਲੀਮੈਂਟ ਦੀਆਂ ਚੋਣਾਂ ਨੂੰ ਲੈ ਕੇ, ਉਹਦੇ 'ਤੇ ਚਰਚਾ ਕਰਕੇ ਫਿਰ ਇੱਕ ਰੋਡ ਮੈਪ ਤਿਆਰ ਕਰਕੇ ਅਸੀਂ ਫੀਲਡ ਦੇ ਵਿੱਚ ਜਾਣਾ ਚਾਹੁੰਦੇ। ਭਾਈ ਮੇਰੀ ਆਪਸੇ ਮੇਰੀ ਤੁਹਾਡੇ ਨੂੰ ਗੁਜ਼ਾਰਿਸ਼ ਹੈ ਹੱਥ ਜੋੜ ਕੇ, ਕਿਰਪਾ ਕਰਕੇ ਰੋਜ਼ ਰੋਜ਼ ਗਠਬੰਧਨ ਦੀ ਗੱਲ ਚਲਾਉਣੀ ਕੋਈ ਮਤਲਬ ਨਹੀਂ ਬਣਦਾ। ਮੈਂ ਸਿਰੇ ਤੋਂ ਨਕਾਰਤਾ ਤੁਹਾਨੂੰ ਕਿ ਗਠਬੰਧਨ ਦੀ ਚਰਚਾ ਹਾਈ ਕਮਾਂਡ ਨੇ ਸਾਡੇ ਨਾਲ ਹਜੇ ਤੱਕ ਨਹੀਂ ਕੀਤੀ ਔਰ ਜਦ ਕਰੇਗੀ ਇਹ ਗੱਲ ਕੋਈ ਛੁਪਾਉਣ ਵਾਲੀ ਨਹੀਂ ਹੈ। 100% ਅਗਰ ਖਰਗੇ ਸਾਹਿਬ ਸਾਨੂੰ ਕਹਿ ਦੇਣ ਜਾਂ ਰਾਹੁਲ ਗਾਂਧੀ ਜੀ ਦਾ ਫੋਨ ਆ ਜਾਏ ਵੀ ਕਾਕਾ ਹੋ ਗਿਆ ਸਮਝੌਤਾ ਔਰ ਅਸੀਂ ਟਿਕਟਾਂ ਵੰਡ ਲਈਆਂ ਤੇ ਅਸੀਂ ਤੁਹਾਨੂੰ ਦੱਸ ਦਿਆਂਗੇ ਕਿ ਜੋ ਹਾਈ ਕਮਾਂਡ ਪਹਿਲਾਂ ਯਾਰ 100% ਕਾਂਗਰਸ ਪਾਰਟੀ ਕੋਈ ਡਿਸਿਪਲਿਨ ਪਾਰਟੀ ਹੈ, ਅਸੀਂ ਹਾਈ ਕਮਾਂਡ ਦੇ ਨਾਲ ਹੈ, ਲੇਕਿਨ ਵਾਰੀ ਵਾਰੀ ਰੋਜ਼ ਇੱਕ ਹੀ ਸਵਾਲ ਕਰਨਾ, ਇਸ ਤਰ੍ਹਾਂ ਦੀ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ। ਸਾਨੂੰ ਇਹ ਕਿਹਾ 13 ਦੀਆਂ 13 ਸੀਟਾਂ ਤੇ ਤਿਆਰੀ ਕਰੋ ਐਂਡ ਪਲੀਜ਼ ਅੱਜ ਤੋਂ ਬਾਅਦ ਚੰਗਾ ਹੋਵੇਗਾ, ਮੈਂ ਤੁਹਾਨੂੰ ਆਪਣੇ ਆਪ ਨਿਊਜ਼ ਦਿਆਂਗਾ ਅਗਰ ਕੋਈ ਐਸੀ ਗੱਲ ਹੋਈ। ਰੋਜ਼ ਇੱਕ ਹੀ ਗੱਲ, ਕਿਉਂਕਿ ਸਾਰਾ ਜਿਹੜਾ ਮੋਟਿਵ ਹੁੰਦਾ ਖਬਰ ਦਾ ਉਹ ਗਠਬੰਧਨ ਅਲਾਇੰਸ, ਕੋਈ ਗੱਲ ਹੀ ਨਹੀਂ ਹੈ। ਕਹਾਂ ਆਇਆ ਪ੍ਰੈਸ ਨੋਟ, ਕਬ ਕੱਲ? ਹਾਂ, ਉਹ ਜਿਹੜਾ ਪਹਿਲਾਂ ਹੋਇਆ ਸੀ ਬਿਲਕੁਲ, ਕੁਝ ਲੋਕਾਂ ਨੇ ਇਸ ਬਾਰੇ ਗੱਲ ਕਹੀ ਸੀ ਔਰ ਠੀਕ ਹੈ, ਉਹਨਾਂ ਦੇ ਆਪਦੇ ਮਨ ਦੇ ਵਿਚਾਰ ਉਹਨਾਂ ਦੇ ਠੀਕ ਹੈ। ਉਹ ਹਾਈਕਮਾਂਡ ਦੇ ਅੱਗੇ ਉਹ ਸਾਰਾ ਜਿਹੜਾ ਮਸਲਾ ਹੈਗਾ ਇਟਸ ਪੈਂਡਿੰਗ ਐਂਡ ਨੋ ਅਬ ਇੰਚਾਰਜ ਪ੍ਰਭਾਰੀ ਔਰ ਹਾਈਕਮਾਂਡ ਨੇ ਡਿਸਾਈਡ ਕਰਨਾ ਹੈ ਕਿ ਇਨਡਿਸਿਪਲਿਨ ਕਹੀਂ ਹੋਗਾ, ਕਿਸੇ ਕੇ ਖਿਲਾਫ ਕੋਈ ਕਰੇਗਾ, ਕੌਣ ਕਰ ਰਿਹਾ ਹੈ, ਰਾਜਾ ਵੜਿੰਗ ਕਰ ਰਿਹਾ ਹੈ, ਸਿੱਧੂ ਕਰ ਰਿਹਾ ਹੈ, ਕੋਈ ਔਰ ਕਰ ਰਿਹਾ ਹੈ, ਤੋ ਨੈਚੁਰਲੀ ਉਸਕੇ ਉੱਪਰ ਹਾਈਕਮਾਂਡ ਕੋ ਨੋਟਿਸ ਲੈ ਕੇ ਕਾਰਵਾਈ ਕਰਨੀ ਹੋਗੀ। ਦੇਖੋ ਬਾਤ ਇਹ ਹੈ, ਟੂ ਬੀ ਵੈਰੀ ਓਨੈਸਟ, ਅਦਰਵਾਈਜ਼ ਤੋ ਪੂਰੇ ਦੇਸ਼ ਮੇ ਇਹ ਸਿਲਸਿਲਾ ਕਹੀਂ ਨਹੀਂ ਹੋਤਾ, ਜੋ ਅਧਿਕਸ਼ ਹੋਤਾ ਹੈ ਉਸਕੇ ਹਿਸਾਬ ਸੇ ਹੀ ਪ੍ਰੋਗਰਾਮ ਹੋਣਾ ਚਾਹੀਏ, ਕੋਈ ਕਹੀਂ ਇਧਰ ਪ੍ਰੋਗਰਾਮ ਜਾਂ ਉਧਰ ਪ੍ਰੋਗਰਾਮ ਜਾਂ ਆਪਣਾ, ਠੀਕ ਹੈ। ਲੇਕਿਨ ਰਾਜਾ ਵੜਿੰਗ ਹੈ, ਉਸਕਾ ਦਿਲ ਬਹੁਤ ਬੜਾ ਹੈ, ਵਿਅਕਤੀ ਛੋਟਾ ਹੋ ਸਕਤਾ ਹੂੰ, ਵਿਅਕਤੀ ਛੋਟਾ ਹੋ ਸਕਤਾ ਹੂੰ, ਲੇਕਿਨ ਦਿਲ ਬੜਾ ਵੱਡਾ ਹੈ। ਮੈਂ ਕਹਿੰਦਾ ਕਿ ਕਾਂਗਰਸ ਪਾਰਟੀ ਨੂੰ, ਵੈਸੇ ਤਾਂ ਇਹ ਗਲਤ ਗੱਲ ਹੈ, ਇਹ ਨਹੀਂ ਹੋਣਾ ਚਾਹੀਦਾ, ਪਰ ਮੈਂ ਕਹਿੰਦਾ ਕਿ ਮੈਨੂੰ ਕਿਸੇ ਤੋਂ ਇਨਸਿਕਿਉਰਿਟੀ ਨਹੀਂ ਹੈ। ਕਈ ਲੋਕ ਕੱਦ ਵੱਡਾ ਹੈ, ਉਹਨਾਂ ਦੇ ਦਿਲ ਬੜੇ ਛੋਟੇ ਹੈ, ਉਹਨਾਂ ਨੂੰ ਘਬਰਾਹਟ ਹੋ ਜਾਂਦੀ ਹੈ ਜਲਦੀ, ਲੇਕਿਨ ਮੈਂ ਫਿਰ ਵੀ ਕਹਿੰਦਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਦਾ ਹੀ ਕੋਈ ਕੰਮ ਕਰੇ ਤਾਂ ਕੋਈ ਇਤਰਾਜ਼ ਨਹੀਂ, ਲੇਕਿਨ ਕਾਂਗਰਸ ਪਾਰਟੀ ਦੇ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਲੈ ਕੇ ਕੋਈ ਮੰਚ ਤੇ ਚੜਾ ਕੇ
ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਖਿਲਾਫ ਗਾਲਾਂ ਕਢਾਏ, ਉਹਦੇ ਤੇ ਬਿਲਕੁਲ ਇਤਰਾਜ਼ ਹੈ। ਔਰ ਅਗਰ ਐਸਾ ਹੋਏਗਾ ਤਾਂ 100% ਆਉਣ ਵਾਲੇ ਸਮੇਂ ਤੇ ਕਾਰਵਾਈ ਹੋਏਗੀ।